ਸਿਕਰ ਬਰੈਂਡਮ 2020 ਲਈ ਸਰਗਰਮ ਹੋਣ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਸਿੱਖ ਮਹਿਲਾ ਕੁਲਬੀਰ ਕੌਰ ਦੀ ਹਵਾਲਗੀ ਤੋਂ ਬਾਅਦ ਉਸਦੇ 8 ਸਾਲਾਂ ਦੇ ਬੱਚੇ ਨੂੰ ਗੁਰਦਾਸਪੁਰ ਬਾਲ ਕਾਰਜ ਚ ਰੱਖਿਆ ਗਿਆ ਜਿਸ ਤੋਂ ਬਾਅਦ ਕੁਲਬੀਰ ਕੌਰ ਦੇ ਪ੍ਰਾਂੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਹੈ ਅਤੇ ਬੱਚੇ ਦੀ سپਰਤਗੀ ਮੰਗੀ ਹੈ 15 ਅਗਸਤ ਨੂੰ ਦਿੱਲੀ ਹਵਾਈ ਅੱਡੇ ਤੋਂ ਆਪਣੇ 8 ਸਾਲ ਦੇ ਮਾਸੂਮ ਬੱਚੇ ਸਮੇਤ ਗ੍ਰਿਫਤਾਰ ਕੀਤੀ ਗਈ ਕੁਲਬੀਰ ਕੌਰ ਨੇ ਇਹ ਲਿਖਤੀ ਤੌਰ ਤੇ ਸਬੰਧਿਤ ਅਰਥਾਟੀ ਨੂੰ ਦਿੱਤਾ ਹੈ ਕਿ ਉਸਦੇ ਨਾਬਾਲਗ ਪੁੱਤਰ ਨੂੰ ਉਸਦੇ ਪ੍ਰਾਂ ਨੂੰ ਸੌਂਪਿਆ ਜਾਵੇ ਉਹਨਾਂ ਦੇ ਵਕੀਲ ਵੱਲੋਂ ਵੀ ਬੱਚੇ ਨੂੰ ਜਾਣਬੁੱ ਔਰਤੇ ਰੱਖੇ ਜਾਣ ਦੇ ਦੋਸ਼ ਲਾਏ ਗਏ ਨੇ ਜਿਸ ਤੇ ਹੁਣ ਕੋਰਟ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ ਅਤੇ 27 ਅਗਸਤ ਲਈ ਨੋਟਿਸ ਜਾਰੀ ਕੀਤਾ ਹੈ ਜ਼ਿਕਰੇ ਖਾਸ ਹੈ ਕਿ ਕੁਲਬੀਰ ਕੌਰ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਉਸ ਨੂੰ ਪੰਜਾਬ ਪੁਲਿਸ ਨੇ ਇੰਦਰਾ ਗਾਂਧੀ ਕੁਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਬਟਾਲਾ ਪੁਲਿਸ ਦਾ ਦਾਅਵਾ ਹੈ ਕਿ ਉਸ ਦਾ ਪੰਜਾਬ ਚ ਸਿੱਖ ਰੈਫਰੈਂਡਮ 2020 ਨਾਲ ਕਨੈਕਸ਼ਨ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਨੇ ਅਤੇ ਉਸ ਤੇ ਸਿੱਖ ਨੌਜਵਾਨਾਂ ਨੂੰ ਸਿੱਖ ਫਾਰ ਜਸਟਿਸ ਦੀ ਇਸ ਮੁਹਿੰਮ ਲਈ ਉਕਸਾਉਣ ਦੇ ਇਲਜ਼ਾਮ ਹਨ ਐਸਐਸਪੀ ਓਐਸ ਘੁਮਣ ਮੁਤਾਬਕ ਮਲੇਸ਼ੀਆ ਤੋਂ ਹਵਾਲਗੀ ਦੌਰਾਨ ਬਟਾਲਾ ਪੁਲਿਸ ਨੇ ਉਸ ਨੂੰ ਕਿਤਾ ਹੈ ਪੁਲਿਸ ਮੁਤਾਬਕ ਉਸਤੇ ਉਕਸਾਉਣ ਤੇ ਕੁਝ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ 31 ਮਈ 2018 ਨੂੰ ਪੁਲਿਸ ਨੇ ਕਿਰਪਾਲ ਸਿੰਘ ਅਤੇ ਤਰਮਿੰਦਰ ਸਿੰਘ ਨਾਮੀ ਦੋ ਸਿੱਖ ਨੌਜਵਾਨਾਂ ਨੂੰ ਹਰਪੁਰ ਡੰਡੋਈ ਅਤੇ ਪੰਜ ਗਰਾਈਆਂ ਪਿੰਡ 'ਚ ਸ਼ਰਾਬ ਦੀਆਂ ਦੁਕਾਨਾਂ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਕੁਲਬੀਰ ਕੌਰ ਦੇ ਨਾਮ ਦਾ ਖੁਲਾਸਾ ਕੀਤਾ ਸੀ ਪੁਲਿਸ ਮੁਤਾਬਕ ਉਨ੍ਹਾਂ ਨੂੰ ਕੱਲੂਕਾਰਾ ਦਿਹਾੜੇ ਮੌਕੇ ਸ਼ਰਾਬ ਦੇ ਠੇਕਿਆਂ ਦੇ ਸਰਕਾਰੀ ਜਾਇਦਾਦ ਨੂੰ ਅੱਗ ਦੇ ਹਵਾਲੇ ਕਰਨ ਸਮੇਤ ਰੈਫਰੈਂਡਮ 2020 ਲਈ ਸਪਰੇ ਪੇਂਟ ਰਾਹੀਂ ਸਲੋਗਨ ਲਿਖਣ ਲਈ ਜ਼ਿੰਮੇਵਾਰੀ ਚੁੰਗੀ ਗਈ ਸੀ ਪੁ ਪਦਰ ਤੇ ਰੈਫਰੈਂਡਮ 2020 ਲਈ ਫੰਡਿੰਗ ਲਈ ਕਨੈਕਸ਼ਨ ਦੀ ਜਾਂਚ ਵੀ ਕਰ ਰਹੀ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਵਿੱਚ ਰੈਫਰੈਂਡਮ 2020 ਲਈ ਮੁਹਿੰਮ ਚਲਾਉਣ ਦੀਆਂ ਕੋਸ਼ਿਸ਼ਾਂ ਦੇ ਇਲਜ਼ਾਮ 'ਚ ਪੁਲਿਸ ਨੇ 11 ਦੇ ਕਰੀਬ ਸਿੱਖ ਨੌਜਵਾਨਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਉਹਨਾਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਰਿਹਾਈ ਦੇ ਵਾਸਤੇ ਪਾਰ ਰਹੇ ਨੇ ਉਹਨਾਂ ਕੋਲ ਉਹਨਾਂ ਦੀ ਕਾਨੂੰਨੀ ਪੈਰਵਾਈ ਕਰਨ ਲਈ ਪੈਸੇ ਤੱਕ ਨਹੀਂ ਬਹੁਤ ਵਾਰੀ ਦੇਖਿਆ ਗਿਆ ਹੈ ਕਿ ਕੁਝ ਕੇਸਿਸ ਜਿਹੜੇ ਜੈਨੂਇਨ ਹੁੰਦੇ ਨੇ ਲੇਕਿਨ ਫਿਰ ਵੀ ਕੈਨੇਡੀਅਨ ਹਾਈ ਕਮਿਸ਼ਨ ਜਾਂ ਆਸਟ੍ਰੇਲੀਅਨ ਹਾਈ ਕਮਿਸ਼ਨ ਨਿਊਜ਼ੀਲੈਂਡ ਹਾਈ ਕਮਿਸ਼ਨ ਯੂਕੇ ਹਾਈ ਕਮ ਇੰਜੈਕਸ਼ਨ ਸਾਡੇ ਕੋਲ ਪੇਜੋ ਸਾਡੇ ਕੋਲ ਟੀਮ ਆਫ ਲਾਇਰਸ ਹੈ ਜੋ ਪੂਰੀ ਦੁਨੀਆ ਵਿੱਚ ਨੈਟਵਰਕ ਲਾ ਆਫਿਸਿਸ ਰਿਜੈਕਟਡ ਕੇਸਿਸ ਨੂੰ ਪ੍ਰਾਇੋਰਟੀ ਤੇ ਦੇਖਦਾ ਹੈ ਔਰ ਡਿਸੀਜਨ ਨੂੰ ਤੁਹਾਡੇ ਹਾਕਿਸ਼ ਕਰਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ